ਤੁਸੀਂ ਨਾ ਸਾਰਾ ਦਿਨ ਫੋਨ ਵਿੱਚ ਹੀ ਵੜੇ ਰਿਹਾ ਕਰੋ, ਬਾਹਰ ਨਾ ਵੇਖਿਆ ਕਰੋ ਵੀ ਕੀ ਬਣ ਰਿਹਾ ਵਾ। ਹੁਣ ਕੀ ਹੋ ਗਿਆ ਵਾ? ਹੁਣ ਆ ਕੀ ਆ, ਤੁਹਾਡੇ ਮੁੰਡੇ ਦਾ ਬੇੜਾ ਬਹਿ ਗਿਆ ਵਾ, ਇਹੋ ਜਾ ਕੇ ਸਲਾਹ ਦੇ ਕੇ ਆਇਆ। ਅਸੀਂ ਘਰ ਅੰਦਾਜ਼ੇ ਲਾਈ ਜਾਂਦੇ ਹਾਂ, ਫੁੱਫੜ ਨੇ ਇੱਦਾਂ ਕਿਹਾ ਵਾ, ਫਲਾਣੇ ਨੇ ਇੱਦਾਂ ਕਿਹਾ ਵਾ, ਕਿਸੇ ਨੇ ਨੀਗਾ ਕਿਹਾ, ਇਹਨੇ ਜਾ ਕੇ ਕਿਹਾ ਜੇ, ਵੀ ਇੰਨੇ ਵਿਆਜੀ ਪੈਸੇ ਕਿਉਂ ਚੁੱਕਣੇ ਆ? ਬੈਠ ਜਾ, ਬਹਿ ਕੇ ਗੱਲ ਕਰ। ਹਾਂ ਹਾਂ, ਬਹਿਣਾ ਕੀ ਆ, ਬੈਠਾ ਜਾਣ ਡਿਆ ਵਾ ਗੱਲ ਸੁਣ ਕੇ ਮੇਰੇ ਕੋਲ। ਇਹਨੇ ਕਹਿਤਾ ਵਾ? ਹੋਰ ਕਿੰਨੇ ਕਹਿਣਾ ਵਾ? ਮੈਂ ਤੈਨੂੰ ਕਹਿੰਦਾ ਹੁੰਦਾ ਸੀ, ਮੈਂ ਕਿਹਾ ਨਿਆਣਿਆਂ ਨਾਲ ਲਾ ਕੇ ਨਹੀਂ ਗੱਲ ਕਰੀ। ਮੈਂ ਨਹੀਂ ਕੀਤੀ, ਤੁਸੀਂ ਕੀਤੀ ਸੀ ਗੱਲ, ਇਹ ਬੱਚਿਆਂ ਨੂੰ ਦੱਸਣਾ ਚਾਹੀਦਾ। ਦੱਸ ਲਓ ਬੱਚੇ ਨੂੰ, ਹੋਰ ਇਹ ਬੱਚਾ ਉਹਨਾਂ ਬੱਚਿਆਂ 'ਚੋਂ ਨਹੀਂ ਹੈਗਾ, ਇਹਨੂੰ ਘਰ ਦਾ ਨਹੀਂ ਹੈਗਾ, ਲੋਕਾਂ ਦਾ ਕੰਮ ਸਵਾਰੂਗਾ। ਰਮਨ, ਇਹਨੂੰ ਅਕਲ ਆਊਗੀ ਨਾ ਸਾਰੀ ਉਮਰ? ਤੁਹਾਡੇ ਸਾਹਮਣੇ ਹੀ ਆ, ਜੇ ਹੁਣ ਨਹੀਂ ਆਈ ਤਾਂ ਗਾੜੀ ਕਿੱਥੋਂ ਆਉਣੀ ਇਹਨੂੰ? ਉਹ ਵੇਖ ਲਾ, ਮਾਂ ਪਿਓ ਸਿਰ ਤੇ ਨਹੀਂ ਹੋ, ਤੇ ਅਕਲ ਤਾਂ ਕਿੰਨੀ ਅਕਲ ਉਹਨਾਂ ਬੱਚਿਆਂ ਨੂੰ? ਇਹਨੂੰ ਮੈਂ ਇੰਨਾ ਸਮਝਾਇਆ ਵੀ ਪੁੱਤ ਜੋ ਕੁਝ ਬਣਾਉਣ ਡੇ ਤੇਰਾ ਬਣਾਉਣ ਡੇ ਆ, ਇੱਦਾਂ ਨਾ ਕਰੀ, ਕਿਸੇ ਨਾਲ ਗੱਲ ਨਾ ਕਰੀ। ਉਹਨੇ ਉਸੇ ਵੇਲੇ ਜਾ ਕੇ ਉਹਨਾਂ ਦੇ ਘਰ ਦੱਸਤੀ, ਮੈਂ ਤਾਂ ਉਦਾਂ ਹੀ ਜੋਤ ਨਾਲ ਗੱਲ ਕੀਤੀ। ਮੈਂ ਕਿਹਾ ਵੀ ਪੁੱਤ ਵੇਖ, ਕੱਲ ਨੂੰ ਤੈਨੂੰ ਵਿਆਹਣਾ ਕਰਨਾ ਵੀ ਆ, ਘਰ ਬਾਰ ਬਣਿਆ ਹੋਊ ਤੇ ਰਿਸ਼ਤਾ ਚੰਗਾ ਮਿਲ ਜੂਗਾ। ਉਹ ਵੀ ਗਾੜੀ ਆਂਦੀ, ਤਾਈ ਜੀ ਕਈ ਘਰ ਇੱਦਾਂ ਦੇ ਵੀ ਜਿਹੜੇ ਧੀ ਪੁੱਤ ਵੇਂਦੇ ਆ, ਘਰ ਨਹੀਂ ਵੇਂਦੇ। ਮੈਂ ਕਿਹਾ ਸਭ ਕੁਝ ਲੋਕ ਵੇਂਦੇ ਆ, ਵੀ ਕਿੱਥੇ ਸਾਡੇ ਮੁੰਡੇ ਨੇ ਜਾ ਕੇ ਬਹਿਣਾ ਵਾ, ਇਹ ਗੱਲ ਨਹੀਂ ਗੀ ਹੈਗੀ। ਤੇ ਆਂਦੀ ਸਾਨੂੰ ਤੇ ਦਲਜੀਤ ਵੀਰ ਨੇ ਕਿਹਾ ਵਾ ਵੀ ਵਿਆਜ ਵਿਆਜ ਕਿੰਨਾ ਲਾਉਣਾ ਇਹਨਾਂ। ਬੰਦਾ ਪੁੱਛੇ, ਲਾਉਣਾ ਉਹਨਾਂ ਨੇ, ਘਰ ਉਹਨਾਂ ਬਣਾਉਣਾ, ਤੈਨੂੰ ਕਾਹਦਾ ਫਿਕਰ ਪਿਆ ਵਾ? ਰਮਨ, ਇਹਨੂੰ ਸਾਰੀ ਉਮਰ ਅਕਲ ਨਾ ਆਊਗੀ? ਬਾਹਰ ਮੁੰਡਿਆਂ ਨਾਲ ਫਿਰਦਾ ਤੁਰਦਾ ਵਾ, ਬਾਹਰ ਜਨਮ ਦਿਨ ਤੇ ਤੁਰਿਆ ਲੈਂਦਾ ਮੁੰਡਿਆਂ ਦੇ, ਅਕਲ ਨਹੀਂ ਇਹਨੂੰ ਆਉਣੀ, ਇਹਨੇ ਇੱਦਾਂ ਹੀ ਰਹਿਣਾ ਵਾ। ਅਜੇ ਇਹਨਾਂ ਸ਼ੋਅਰ ਕਰ ਵੀ ਕਦੇ ਇਹ ਨਹੀਂ ਦੱਸਦਾ ਵੀ ਜਿਹੜੇ ਪੈਸੇ ਅਸੀਂ ਦਿੱਤੇ ਆ ਉਹਨੂੰ। ਮੈਂ ਤਾਂ ਦੇਖਣ ਡਈ ਆ ਵੀ ਕਦੋਂ ਘਰ ਆਵੇ ਤੇ ਕਦੋਂ ਇਹਦੀ ਪਾਲਿਸ਼ ਮੈਂ ਕਰਾਂ, ਵੀ ਤੈਨੂੰ ਨਖੱਤਿਆ ਅਕਲ ਆਉਣੀ ਨੀ ਗੀ, ਸਾਰੀ ਉਮਰ ਤੇਰੀ ਇੱਦਾਂ ਹੀ ਲੰਘ ਜਾਣੀ ਆ। ਕਿਤੇ ਇਹਦੇ ਵੇਖ ਵੀ ਸਾਡਾ ਫਾਇਦਾ ਹੋਣ ਡਿਆ ਕਿ ਨੁਕਸਾਨ ਹੋਣ ਡਿਆ ਵਾ। ਅਸੀਂ ਇਹਦਾ ਬਣਾਉਂਦੇ ਮਰ ਚੱਲੇ ਹੀ, ਸਾਨੂੰ ਤੇ ਇਹਨੇ ਝੂਠੇ ਪਾ ਦੇਣਾ ਸੀ। ਜੇ ਕਦੇ ਦੱਸ ਦਿੰਦਾ ਨਾ ਵੀ ਅਸੀਂ ਪੈਸੇ ਦੇਣੇ ਆ, ਉਹਨਾਂ ਭੈਣ ਭਰਾਵਾਂ ਨੇ ਸਾਡੇ ਘਰ ਨਹੀਂ ਵੜਨਾ, ਤੇ ਉਹਨਾਂ ਨੂੰ ਵੀ ਦੱਸਣਾ ਸੀ ਫੋਨ ਕਰਕੇ ਵੀ ਫੁੱਫੜ ਜੀ ਸਾਡੇ ਨਾਲ ਆਹ ਕੰਮ ਕੀਤਾ, ਇੰਨਾ ਸ਼ੁਕਰ ਰਹਿ ਗਈ ਆ ਸਾਡੀ, ਆਉਂਦਾ ਨਾ ਤੈਨੂੰ ਮੈਂ ਝੰਬਦੀ ਆ। ਇਹਨੇ ਕਾਹਦੀ ਗੱਲ ਕਰਨੀ ਆ ਰਮਨ, ਮੈਂ ਤਾਂ ਰਾਤਾ ਇਹਨੂੰ ਉਧਰੋਂ ਬੰਦ ਹੀ ਕਰਦਾ ਵੀ ਬਿਲਕੁਲ ਹੀ ਉਹਨਾਂ ਦੇ ਘਰ ਜਾਣਾ ਤੂੰ ਤਾਂ ਬੰਦ ਕਰਨਾ ਹੀ ਪੈਣਾ ਵਾ। ਹੁਣ ਆਪਣੇ ਘਰ ਵਿੱਚ 100 ਸਲਾਹ ਕਰਨੀ ਹੁੰਦੀ ਆ, ਇਹ ਤਾਂ ਨਿੱਕੀ ਨਿੱਕੀ ਗੱਲ ਜਾ ਕੇ ਉਧਰ ਦੱਸਿਆ ਕਰੂਗਾ ਵੀ ਮੰਮੀ ਡੈਡੀ ਆਹ ਗੱਲਾਂ ਕਰਦੇ ਸੀ, ਇਹਦੇ ਹੁੰਦਿਆਂ ਕੋਈ ਗੱਲ ਨਾ ਕਰਿਆ ਕਰੋ। ਹੁਣ ਗੱਲ ਇਹਦੇ ਹੁੰਦਿਆਂ ਕੀ ਕਰਨੀ, ਮੈਨੂੰ ਤਾਂ ਇਹ ਵੀ ਚੱਲ ਇਹਨੂੰ ਦੱਸਿਆ ਹੋਊਗਾ ਤੇ ਚੱਲ ਚੰਗਾ ਹੁੰਦਾ ਵਾ ਬੱਚੇ ਨੂੰ ਦੱਸਣਾ। ਮੈਂ ਨਹੀਂ ਦੱਸਿਆ, ਤੁਸੀਂ ਆਵਾਜ਼ ਮਾਰ ਕੇ ਦੱਸਿਆ। ਉਹ ਦੱਸਿਆ ਤੇ ਹੁਣ ਮੈਂ ਹੀ, ਮੇਰੇ ਕੋਲ ਗਲਤੀ ਹੋ ਗਈ ਆ ਰਮਨ। ਇਹ ਗਲਤੀ ਹੁਣ ਸੁਧਾਰੋ, ਗਾੜੀ ਇਹ ਗਲਤੀ ਨਾ ਕਰਿਓ ਵੀ ਹਰ ਨਿੱਕੀ ਨਿੱਕੀ ਗੱਲ ਉਹਨੂੰ ਦੱਸਣੀ ਹੁੰਦੀ ਆ। ਮੇਰੀ ਗੱਲ ਸੁਣ ਲਾ, ਜਦੋਂ ਅਸੀਂ ਕੋਈ ਦੋਵਾਂ ਜੀਆਂ ਨੇ ਗੱਲ ਕਰਨੀ ਇਹਨੂੰ ਬਾਹਰ ਕੱਢ ਦਿਆ ਕਰ ਵੀ ਚੱਲ ਬਾਹਰ ਭੱਜਾ। ਚੱਲ ਕੋਈ ਨਹੀਂ, ਮੈਂ ਵੇਖਾਂ ਤਾਂ ਸਹੀ ਆਇਆ ਕਿ ਨਹੀਂ ਆਇਆ, ਇਹਨੂੰ ਮੈਂ ਪੁੱਛਦੀ ਹਾਂ ਵੀ ਜਿਹੜਾ ਤੈਨੂੰ ਜ਼ਿਆਦਾ ਹੇਜ ਆਉਂਦਾ ਨਾ ਤੂੰ ਵੀ ਚੁੱਕ ਜੁੱਲੀ ਬਿਸਤਰੀ ਤਾਂ ਉੱਧਰ ਹੀ ਚੱਲ ਜਾ। ਚੱਲ ਵੇਖ ਭਲਾ ਕੀ ਕਹਿੰਦਾ, ਆਲਾਂਦੇ ਨੂੰ ਕਰਨਾ ਦਾ ਲਾਜ ਹੈ। ਮੈਨੂੰ ਤਾਂ ਸੁਣ ਕੇ ਗੁੱਸਾ ਚੜ ਗਿਆ, ਸੱਤੇ ਕੱਪੜੀ ਅੱਗ ਲੱਗ ਗਈ ਮੈਨੂੰ ਵੀ ਫੜੇਮੂ ਇਹਦਾ ਇੰਨੇ ਆ ਗੱਲ ਕੀਤੀ ਆ। ਪਰ ਰਮਨ, ਇੰਨਾ ਸ਼ੁਕਰ ਆ ਵੀ ਜਿਹੜੀ ਹਾ ਗੱਲ ਨਹੀਂ ਦੱਸੀ, ਨਹੀਂ ਤੇ ਰਿਸ਼ਤੇਦਾਰਾਂ ਦੇ ਜਲੂਸ ਨਿਕਲ ਜਾਣਾ ਸੀ। ਨਿਕਲ ਜਾਣਾ ਸੀ ਕਿ ਤਾਇਆ ਤਾਈ ਗੜੀ ਲਾਏ ਸੀ, ਕਹਿਣਾ ਸੀ ਮਰੇ ਹੀ ਭਾਲਦੇ ਸੀ ਵੀ ਮਾਂ ਪਿਓ ਮਰੇ ਤੇ ਅਸੀਂ ਆਹ ਕੰਮ ਕਰੀਏ। ਇਹਨੂੰ ਨਖੱਤੇ ਨੂੰ ਪਤਾ ਹੀ ਕੋਈ ਨੀਗਾ ਵੀ ਮੇਰੇ ਮਾਂ ਪਿਓ ਦੀ ਬੇਇੱਜ਼ਤੀ ਹੋਊਗੀ। ਇਹਨੇ ਤੇ ਸ਼ਰੀਕੇ 'ਚ ਨਿਕਲਣ ਜੋਗਾ ਨਹੀਂ ਰਹਿੰਦਾ, ਆਪਣੀਆਂ ਹੀ ਮਰਜ਼ੀਆਂ ਕਰਦਾ ਫਿਰਦਾ ਵਾ। ਇੰਨਾ ਚੰਗਾ ਕੁੜੀ ਦੇ ਮੂੰਹੋਂ ਨਿਕਲ ਗਈ ਗੱਲ, ਨਹੀਂ ਤਾਂ ਅਸੀਂ ਤਾਂ ਸ਼ੱਕ ਕਰੀ ਜਾਣਾ ਸੀ, ਕਦੀ ਕਹਿਣਾ ਸੀ ਕਿਸੇ ਨੇ ਦੱਸਿਆ, ਕਦੀ ਕਹਿਣਾ ਸੀ ਕਿਸੇ ਨੇ ਦੱਸਿਆ, ਇਹਨਾਂ ਨੇ ਪਤਾ ਵੀ ਘਰ ਆਪਣਾ ਹੀ ਮਾੜਾ ਵਾ। ਅਸੀਂ ਫੁੱਫੜ ਤੇ ਗੁੱਸਾ ਕੱਢੀ ਜਾਣਾ ਸੀ ਵੀ ਉਹ ਇਹਨਾਂ ਦਾ ਬੇੜਾ ਗਰਕ ਕਰਨ ਡਿਆ। ਚੱਲ ਆਓ, ਮੈਂ ਵੀ ਵੇਖਾਂ ਰੋਟੀ ਪਾਣੀ ਦਾ, ਆਉਂਦਾ ਤਾਂ ਇਹਨੂੰ ਤਾਂ ਲੰਗਰ ਪਾਣੀ ਮੈਂ ਦਿੰਦੀ ਸਵਾਦਨਾ। ਸਾਧਨਾ, ਰਮਨ ਨੇ ਦੱਸ ਕੇ ਨਾ ਮੈਨੂੰ ਫਿਕਰ 'ਚ ਪਾ ਤਾ, ਉਹ ਮੈਨੂੰ ਤਾਂ ਇਹ ਸੀ ਵੀ ਬਾਹਰ ਮੁੰਡਿਆਂ ਨਾਲ ਫਿਰਦਾ ਤੁਰਦਾ ਵਾ, ਇਹਨੂੰ ਅਕਲ ਹੋਣੀ ਆ, ਇਹ ਤਾਂ ਬਿਲਕੁਲ ਸ਼ਿਦਾਈ ਨਿਕਲਿਆ, ਅਤੇ ਆਹ ਗੱਲ ਕਰਨ ਵਾਲੀ ਸੀ ਜਿਹੜੀ ਕਰਕੇ ਆਇਆ ਵਾ, ਇਹਨੂੰ ਆਲਾਂ ਦੇ ਘਰ ਇਹਨਾਂ ਮੈਂ ਕਰਦਾ ਲਾਜ।
ਹੁਣ ਵੇ ਕਿੱਦਾਂ ਗੁੱਸੇ 'ਚ ਆਉਣ ਡੇ ਆ, ਉਦੋਂ ਪੈਸੇ ਦੇ ਦਿੰਦੇ ਤਾਂ ਮੈਂ ਆਹ ਕੰਮ ਨਾ ਕਰਦਾ। ਕੋਈ ਗੱਲ ਨਹੀਂ ਵੀ, ਮੇਰੀ ਗੱਲ ਸੁਣ, ਇੱਥੇ ਆਣ ਕੇ ਕੀ ਕਰਨਾ ਮਾਰਾ ਚਪੇੜ ਤੇਰਾ ਮੂੰਹ ਤੇ ਤੇਰੇ ਤੇ, ਤੈਨੂੰ ਆਦਰ ਹੈਗੀ ਵੀ ਆ ਕਿ ਨਹੀਂ ਹੈਗੀ? ਕੀ ਹੋਇਆ ਵਾ? ਤੈਨੂੰ ਨੀ ਪਤਾ ਕੀ ਹੋਇਆ ਵਾ? ਦੱਸੋ ਲਵਲੀ ਕੇ ਘਰ ਜਾ ਕੇ ਕੀ ਸਲਾਹਾਂ ਦੇ ਕੇ ਆਇਆ ਉਹਨਾਂ ਨੂੰ ਵੀ ਪੈਸੇ ਨਾ ਲਿਓ, ਵਿਆਜ ਨੀ ਲੱਥਣਾ? ਦੱਸਣਾ ਨੀ ਫਿਰ ਮੈਂ ਕੀ ਦੱਸਣਾ ਸੀ? ਤੂੰ ਪੈਸੇ ਦਿੱਤੇ ਮੈਨੂੰ ਤੇ ਕਾਹਦੇ ਪੈਸੇ ਦੇਵਾਂ? ਰੋਜ਼ ਰੋਜ਼ ਕਿੱਥੋਂ ਪੈਸੇ ਆਉਣ? ਤੈਨੂੰ ਨੀ ਪਤਾ ਵੀ ਘਰਾਂ ਦੇ ਖਰਚੇ ਕਿੱਦਾਂ ਚੱਲਦੇ ਆ? ਇੱਕ ਡੈਡੀ ਨੇ ਚਾਬੀ ਖੋਲੀ, ਮੇਰੀ ਨੀ ਮੁੰਡੇ ਭੇਜਦੀ ਹੁੰਦੀ? ਫੇਰ ਤੂੰ ਏਦਾਂ ਕਰ, ਕੱਪੜੇ ਪਾ ਬੈਗ ਵਿੱਚ, ਲਵਲੀ ਕੇ ਘਰ ਚੱਲ ਜਾ, ਜੇ ਜਿਆਦੀ ਹਮਦਰਦੀ ਆਉਣ ਡਈ ਆ ਤੇ। ਕੋਈ ਨੀ ਚੱਲ ਜਾਂਦਾ ਮੈਂ। ਤੂੰ ਲੱਗਦਾ ਮੇਰੇ ਕੋਲ ਚਪੇੜਾ ਖਾ ਹੀ ਲੈਣੀਆਂ ਵਾ, ਜ਼ਬਾਨ ਤੇਰੀ ਜਿਆਦੀ ਚੱਲਣ ਡੈ ਪਈ ਓ। ਤੇ ਪੈਸੇ ਦੇ ਦਿੰਦੇ ਮੈਂ ਆਹ ਕੰਮ ਨਾ ਕਰਦਾ, ਮੇਰੇ ਕਰਕੇ ਕਮਾਉਣ ਡਏ ਆ? ਮੈਂ ਤੈਨੂੰ ਅਜੇ ਵੀ ਕਹਿਣ ਡਈ ਵੀ ਜ਼ਬਾਨ ਬੰਦ ਕਰ ਲਾ, ਅੱਗੇ ਹੈ ਗਲਤ ਮੰਦ ਗਾੜੀ ਜ਼ਬਾਨ ਚਲਾਉਣਾ ਵਾ। ਵੀ ਮੈਂ ਤਾਂ ਕਿਹਾ ਤੂੰ ਸਿਆਣਾ ਹੋ ਗਿਆ ਵਾ, ਪਰ ਤੈਨੂੰ ਤਾਂ ਭੋਰਾ ਵੀ ਅਕਲ ਨਹੀਂ ਹੈਗੀ। ਤੈਨੂੰ ਤੋਤੇ ਵਾਂਗੂ ਮੈਂ ਸਮਝਾਇਆ ਵੀ ਆਹ ਗੱਲ ਉਹਨਾਂ ਦੇ ਕੰਨ ਵਿੱਚ ਨਾ ਪਵੇ, ਪਰ ਤੂੰ ਤੇ ਜਾ ਕੇ ਤਾਂ ਘਰ ਦੱਸ ਕੇ ਆਇਆ ਉਹਨਾਂ ਨੂੰ ਵੀ ਮੇਰਾ ਮਾਂ ਪਿਓ ਆਹ ਕੰਮ ਕਰਨ ਡਏ ਆ। ਮੇਰੇ ਕਰਕੇ ਕਮਾਉਂਦੇ ਪਏ ਹੋ, ਇੱਥੇ ਕਿਤੇ ਤਿੰਨ ਚਾਰ ਜਾਣੇ ਆ। ਤੇ ਤਿੰਨ ਚਾਰ ਜਾਣੇ ਨਹੀਂ ਆ ਤੇ ਫਿਰ ਪੈਲੀ ਨਾ ਤੇਰੇ ਨਾਲ ਲਾ ਦਈਏ ਵੀ ਵੇਚ ਵੇਚ ਕੇ ਖਾਈ ਜਾ, ਕੋਈ ਅਕਲ ਨੂੰ ਹੱਥ ਮਾਰ। ਮੈਂ ਪੈਲੀ ਵੇਚ ਨੂੰ ਨਹੀਂ ਗਿਆ, ਮੈਂ ਪੈਸੇ ਮੰਗੇ ਸੀ ਬਸ। ਮੇਰੀ ਸੁਣ ਲਾ ਗੱਲ, ਜਨਮ ਦਿਨ ਕਿਸ ਮੁੰਡੇ ਦਾ ਹੁੰਦਾ? 4-5 ਹਜ਼ਾਰ ਤੈਨੂੰ ਚਾਹੀਦਾ, ਤੂੰ ਸੁੱਟ ਕਰਨੀ ਉੱਥੇ? ਉਹ ਕੱਪੜੇ ਲੈਣ ਜਾਣਾ ਸੀ ਮੈਂ। ਕੱਪੜੇ ਤੇਰੇ ਤਾਂ ਕੱਪੜੇ ਨਹੀਂ ਪੂਰੇ ਹੁੰਦੇ, ਖੁਰੇ ਕਿੰਨੇ ਕੁ ਕੱਪੜੇ ਤੈਨੂੰ ਚਾਹੀਦੇ ਆ? ਅੱਗੇ ਜਿੰਨੇ ਕੁ ਮੈਂ ਪੈਸੇ ਦਿੰਦੀ ਹਾਂ ਨਾ, ਹੁਣ ਮੈਂ ਉਹ ਵੀ ਨਹੀਂ ਦਿਆ ਕਰਨੇ। ਤੈਨੂੰ ਪੈਸੇ ਦੇ ਕੇ ਤੇ ਤੇਰੇ ਪਿਓ ਕੋ ਮੈਂ ਝਿੜਕਾਂ ਖਾਨੀ ਹਾਂ ਵੀ ਚੁੱਪ ਕਰਕੇ ਪੈਸੇ ਫੜਾ ਦਿੰਦੀ ਹਾਂ, ਨਾਲੇ ਤੂੰ ਗੱਲਾਂ ਕਰਦਾ ਵਾਂ ਤੇ ਨਾਲੇ ਉਧਰੋਂ ਬੇਇੱਜ਼ਤੀ ਕਰਾਉਂਦੀ ਮੈਂ। ਜੇ ਨਹੀਂ ਨਾ ਪੈਸੇ ਦੇਣੇ ਤੇ ਮੈਂ ਸਭ ਕੁਝ ਦੱਸੀ ਜਾਣਾ ਉਧਰ, ਠੀਕ ਹੈ ਨਾ? ਜਾ ਦੱਸੀ ਜਾ ਫਿਰ। ਤੁਸੀਂ ਕਿਹੜਾ ਚੰਗਾ ਕਰਨ ਡਿਓ ਉਹਦੇ ਨਾਲ? ਹੈ ਨਾ ਖੱਤਾ, ਫਿਰ ਵੀ ਚੁੱਪ ਨਹੀਂ ਕਰਨ ਡਿਆ। ਮੈਨੂੰ ਲੱਗਦਾ ਤੇਰੇ ਮੂੰਹ ਦੇ ਚਪੇੜ ਮਾਰਨੀ ਪੈਣੀ ਮੈਨੂੰ, ਕਿੱਦਾਂ ਬੋਲਦਾ ਗਾੜੀ। ਚੱਲ ਆ ਘਰ ਤੇਰੇ ਪਿਓ ਨੂੰ ਦੱਸਾਂ ਵੀ ਇੱਦਾਂ ਜ਼ਬਾਨ ਚਲਾਉਣ ਡਿਆ ਗਾੜੀ ਮੇਰੇ। ਹੱਦ ਹੋ ਗਈ ਆ, ਦੱਸ ਦਿਓ ਮਾਂ ਜੀ, ਦੱਸ ਦਿਓ। ਤੂੰ ਇੰਨਾ ਵੀ ਵੱਡਾ ਨਹੀਂ ਹੋ ਗਿਆ ਵੀ ਮੇਰੇ ਗਾੜੀ ਜ਼ਬਾਨ ਚਲਾਵੇਂ? ਸੁਣ ਗਈ ਨਾ ਮੇਰੀ ਗੱਲ? ਰਮਨ ਛੱਡ ਦੀਪਾ, ਮੁੰਡਾ ਜਵਾਨ ਹੋਇਆ, ਮੂੰਹ ਤੇ ਦਾੜੀ ਆਈ ਹੈ ਤੇ ਉਹਨੂੰ ਗੱਲ ਪੈਣ ਹੀ ਤੂੰ ਉਹਦੇ ਤੇ ਫਿਰ ਕੀ ਕਰਾਂ, ਉਹਨੇ ਕੰਮ ਹੀ ਇਦਾਂ ਦਾ ਕੀਤਾ ਵਾ। ਮੇਰੀ ਗੱਲ ਸੁਣ ਪੁੱਤ, ਤੂੰ ਜਿੱਥੇ ਜਾਣਾ ਨਾ ਮੇਰੇ ਕੋਲ ਪੈਸੇ ਲੈ ਜਾ ਕਰ, ਆਪਣੀ ਮਾਂ ਕੋਲ ਪੈਸੇ ਨਹੀਂ ਮੰਗਣੇ ਤੂੰ। ਠੀਕ ਹੈ ਜੀ, ਠੀਕ ਆ ਨਾ? 2-4 ਹਜ਼ਾਰ 5 ਹਜ਼ਾਰ ਦੀ ਜਿੰਨੇ ਦੀ ਲੋੜ ਆ ਤੇ ਮੇਰੇ ਕੋਲ ਮੰਗਿਆ ਕਰ, ਆਪਣੀ ਮਾਂ ਨੂੰ ਨਹੀਂ ਕਹਿਣਾ ਮੈਨੂੰ ਪੈਸੇ ਦੇ। ਠੀਕ ਹੈ ਡੈਡੀ, ਕੋਈ ਗੱਲ ਨਹੀਂ। ਠੀਕ ਆ ਨਾ? ਜਾ ਮੇਰਾ ਪੁੱਤ ਨਾ ਤਿਆਰ ਹੋ ਜਾ, ਅਤੇ ਜੇ ਜਾਣ ਲੱਗੇਗਾ ਨਾ ਤੇ ਮੇਰੇ ਕੋਲ ਪੈਸੇ ਲੈ ਜੀ ਤੇ ਗੱਡੀ ਲੈ ਜੀ, ਐਵੇਂ ਨਾ ਮੋਟਰਸਾਈਕਲ ਤੇ ਉੱਥੇ ਭੱਜਾ ਫਿਰੀ ਤੂੰ। ਠੀਕ ਹੈ, ਗੱਡੀ ਕਦ ਲਈ ਦੇਣੀ ਆ? ਨਾਲ ਮੁੰਡੇ ਲੱਦੂਗਾ ਤੇ ਲੈ ਜਾਊਗਾ ਨਾ। ਤੁਸੀਂ ਮੇਰੀ ਗੱਲ ਸੁਣੋ, ਹਾਂ ਤੁਹਾਡਾ ਦਿਮਾਗ ਕੰਮ ਕਰਦਾ ਵਾ, ਕਿਹੜੀਆਂ ਗੱਲਾਂ ਉਹ ਕਰਨ ਡਿਆ ਸੀਗਾ? ਤੁਸੀਂ ਫੇਰ ਆਣ ਕੇ ਕਹਿਣ ਡੇ ਜੇ ਵੀ ਪੈਸੇ ਲਓ ਮੇਰੇ ਕੋਲ ਤੇ ਜਾ ਜਿੱਥੇ ਜਾਣਾ ਵਾ। ਰਮਨ, ਮੇਰਾ ਦਿਮਾਗ ਕੰਮ ਕਰਦਾ ਸੀ ਤੇ ਤਾਂ ਹੀ ਤੇ ਉਹਨੂੰ ਮੈਂ ਕਿਹਾ ਵਾ, ਜਿੰਨਾ ਉਹ ਤੇ ਸ਼ਕਤੀ ਵਰਤਾਂਗੇ ਨਾ ਉਹਨਾਂ ਉਹਨੇ ਇਹ ਕੰਮ ਕਰਨੇ ਆ। ਉਹਨੇ ਨਹੀਂ ਬਾਜ ਆਉਣਾ, ਸੁਧਰਨ ਵਾਲਾ ਹੈ ਨੀਗਾ। ਮੇਰੀ ਗੱਲ ਸੁਣ ਲਾ, ਜਿੰਨਾ ਅਸੀਂ ਉਹਨੂੰ ਤੰਗ ਪਰੇਸ਼ਾਨ ਕੀਤਾ ਨਾ ਉਹਨੇ ਜਾ ਕੇ ਲਵਲੀ ਕੇ ਘਰ ਕੱਲੀ ਕੱਲੀ ਗੱਲ ਦੱਸਿਆ ਕਰਨੀ ਆ। ਤੇ ਫਿਰ ਕਿੰਨੇ ਕੁ ਪੈਸੇ ਦਿਓਗੇ? ਅੱਜ 5 ਹਜ਼ਾਰ ਦਿਓਗੇ, ਕੱਲ੍ਹ ਨੂੰ ਸੂਈ 10 ਹਜ਼ਾਰ ਤੇ ਆਜੂਗੀ, ਫਿਰ ਤੇ ਸਾਰੇ ਪੈਸੇ ਇਹਦੇ ਜੋਗੇ ਹੀ ਆ, ਘਰ ਦੀ ਕੋਈ ਚੀਜ਼ ਨਹੀਂ ਬਣਦੀ। ਗੱਲ ਸੁਣ, ਤੂੰ 5 ਹਜ਼ਾਰ ਰੁਪਇਆ ਦੇਣਾ, ਵੇਖ ਭਲਾ 5 ਖਰਚ ਕੇ ਆਉਂਦਾ ਕੀ ਕਰਦਾ? ਮੇਰੇ ਕੋਲ ਲੈ ਕੇ ਜਾਂਦਾ ਹੀ ਰਿਹਾ ਵਾ, ਉਹ ਮੈਨੂੰ ਪਤਾ ਵਾ, ਤੁਹਾਨੂੰ ਨਹੀਂ ਪਤਾ, ਮੈਨੂੰ ਝਿੜਕਾ ਦਿੰਦੇ ਵੀ ਤੂੰ ਪੈਸੇ ਦਿੰਦੀ ਆ ਤਾਂ ਅੱਜ ਆਪ ਹਾਂ ਕਰਤੀ ਆ ਵੀ 5 ਹਜ਼ਾਰ ਦੇ ਦੇਣਾ ਵਾ। ਮੇਰੀ ਗੱਲ ਹੋਰ ਆ, ਮੇਰੀ ਗੱਲ ਹੋਰ ਵਾ, ਉਹਨੂੰ ਪਤਾ ਵਾ ਵੀ ਪਿਓ ਕੋ 5 ਹਜ਼ਾਰ ਰੁਪਇਆ ਲਿਆਂਦਾ ਤੇ ਮੁੜ ਕੇ ਉਹਨੂੰ ਦੇਣਾ ਵੀ ਆ ਵਾਪਸ। ਚੰਗਾ ਲੈ ਲਿਓ ਫਿਰ ਗਿਣ ਕੇ ਉਹਦੇ ਕੋਲ। ਉਹ ਕੋਈ ਗੱਲ ਨਹੀਂ ਆ, ਇਹ ਮੈਂ ਕਰ ਲੂੰਗਾ। ਤੇ ਗੱਡੀ ਨਾ ਦਿੰਦੇ, ਮੋਟਰਸਾਈਕਲ ਤੇ ਆਪੇ ਚੱਲ ਜਾਂਦਾ। ਉਹਨੂੰ ਤੂੰ ਮੇਰੀ ਗੱਲ ਸਮਝਦੀ ਨਹੀਂ ਆ, ਜੇ 5-10 ਹਜ਼ਾਰ ਰੁਪਇਆ ਲਾ ਕੇ ਇਹ ਕੰਮ ਬਣ ਜੇ ਤੇ ਉਹ ਤਾਂ ਤੈਨੂੰ ਨਹੀਂ ਪਤਾ ਵੀ ਲੱਖਾਂ ਰੁਪਈਆਂ ਦੀ ਜਾਇਦਾਦ ਬਣਾਉਣ ਡੇ ਅਸੀਂ। ਚੱਲ ਵੇਖ ਲਓ ਤੁਸੀਂ ਆਪਣੀ ਵਾਹ ਲਾ ਕੇ ਵੀ ਕੀ ਕਰਦਾ ਵਾ। ਜੇ ਅਸੀਂ ਇਹਨੂੰ ਪੈਸੇ ਦਿੱਤੇ ਹੁੰਦੇ ਨਾ ਤਾਂ ਜਿਹੜਾ ਅੱਜ ਇਹਨੇ ਮੂੰਹ ਖੋਲਿਆ ਇਹ ਨਹੀਂ ਸੀ ਖੋਲਣਾ। ਆਪੇ ਤਾਂ ਤੁਸੀਂ ਮੈਨੂੰ ਡੱਕਦੇ ਸੀ ਵੀ ਇੰਨੇ ਪੈਸੇ ਇਹਨੂੰ ਨਹੀਂ ਦੇਣੇ, ਜੇ ਮੈਂ 1000 ਦਿੰਦੀ ਹਾਂ ਤਾਂ ਵੀ ਮੇਰੇ ਦੁਆਲੇ ਹੁੰਦੇ ਸੀ।
ਤੂੰ ਹੁਣ ਚੁੱਪ ਕੀਤੀ ਰਹਿ, ਜਦੋਂ ਪੈਸੇ ਤੇਰੇ ਕੋਲ ਮੰਗੇ ਤੂੰ ਕਹਿਤਾ ਜਾ ਆਪਣੇ ਡੈਡੀ ਕੋਲ ਲੈ ਲਾ। ਚਲੋ ਠੀਕ ਆ, ਇੱਦਾਂ ਹੀ ਕਹਿ ਦੂੰਗੀ। ਤਾਂ ਹੁਣ ਕਹਿ ਦੇਣਾ ਸੀ ਉਹਨੂੰ ਵੀ ਟਾਈਮ ਨਾ ਆ ਜੀ, ਅੱਧੀ ਰਾਤ ਨਾ ਕਰਕੇ ਆਵੀਂ। ਮੈਂ ਤਾਂ ਕਹਿਤਾ ਜੇ ਪੈਸੇ ਲੈਣ ਆਉਣਾ ਉਹਨੇ ਮੇਰੇ ਕੋਲ, ਮੈਂ ਸਾਰੀ ਗੱਲ ਸਮਝਾਉਂਗਾ ਵੀ ਜੇ ਜਾਣਾ ਤਾਂ ਟਾਈਮ ਨਾਲ ਘਰ ਆਉਣਾ ਵਾਪਸ। ਚਲੋ ਠੀਕ ਆ, ਚੱਲ ਇਹਨੂੰ ਤਾਂ ਤੁਸੀਂ ਕਹਿਤਾ ਵੀ ਪੈਸੇ ਲੈ ਲਾ ਤੇ ਸ਼ਹਿਰ ਚੱਲ ਜਾ। ਇਹ ਸੋਚੋ ਵੀ ਲਵਲੀ ਹੁਣਾਂ ਨੂੰ ਆਪਣੀਆਂ ਗੱਲਾਂ 'ਚ ਕਿੱਦਾਂ ਲਿਆਉਣਾ ਵਾ, ਉਹ ਤਾਂ ਹੁਣ ਮੁੱਕਰ ਗਿਆ ਪੈਸੇ ਲੈਣ ਤੋਂ। ਰਮਨ ਇਹ ਗੱਲ ਤੂੰ ਮੇਰੇ 'ਤੇ ਛੱਡ ਦੇ, ਮੈਂ ਆਪਣੀਆਂ ਗੱਲਾਂ 'ਚ ਲੈ ਆਉਣਾ ਉਹਨਾਂ ਨੂੰ, ਆਹ 2-4 ਦਿਨ ਮੈਨੂੰ ਟਾਈਮ ਦੇ, ਆਪੇ ਹੀ ਆਪਣੇ ਆਪ ਘਰ ਆਉਣਗੇ। ਲੈ ਮੈਨੂੰ ਕੀ ਪਤਾ ਹੁਣ ਉਹਨਾਂ ਨੇ ਘਰ ਆਉਣਾ ਵਾ ਕਿ ਨਹੀਂ ਆਉਣਾ, ਆਪਣੇ ਮੁੰਡੇ ਦੀ ਮੈਨੂੰ ਮਾਸਾ ਜਿੰਨੀ ਸਮਝ ਨਹੀਂ ਆਉਂਦੀ। ਮੈਂ ਤਾਂ ਕਲਮਦੀ ਰਹੀ ਹਾਂ ਵੀ ਲਵਲੀ ਨਾਲ ਇਹਦਾ ਪਿਆਰ ਪਊਗਾ ਅਤੇ ਲਵਲੀ ਇਹਦੀਆਂ ਗੱਲਾਂ 'ਚ ਆਜੂਗਾ, ਪਰ ਮੈਨੂੰ ਨਹੀਂ ਪਤਾ ਵੀ ਘਰ ਦੀ ਜਿਹੜੀ ਹੋਈ ਬੀਤੀ ਆ ਸਾਰੀ ਇਹਨੇ ਉਹਨਾਂ ਦੇ ਕੰਨਾਂ 'ਚ ਪਾ ਆਉਣੀ ਆ। ਉਹ ਤੂੰ ਗੱਲ ਛੱਡ, 2-4 ਦਿਨ ਦਾ ਟਾਈਮ ਦੇ, ਵੇਖੀ ਆਉਂਦਾ ਲਵਲੀ ਕਿ ਨਹੀਂ ਆਉਂਦਾ ਘਰ। ਮੇਰਾ ਮਨ ਨਹੀਂ ਜੇ ਮੰਨਣ ਡਿਆ। ਚੱਲ ਛੱਡ, ਆ ਚੱਲੀ ਘਰ ਨੂੰ। ਤਾਈ ਨਹੀਂ ਆਏ ਮੁੜ ਕੇ? ਨਾ ਨਾ ਵੀਰ ਜੀ, ਮੈਨੂੰ ਲੱਗਦਾ ਉਹਨਾਂ ਨੇ ਗੁੱਸਾ ਕਰ ਲਿਆ ਵਾ। ਨਾ ਤਾਂ ਤਾਈ ਜੀ ਕੱਲ੍ਹ ਦੇ ਆਏ ਆ, ਅੱਗੋਂ ਪਿੱਛੋਂ ਤਾਂ ਆਉਂਦੇ ਸੀ। ਜੋ ਤਾਂ ਰੋਟੀ ਖਾ ਜਾ, ਕੰਮ ਕਰ ਲਿਆ ਹੀ ਉਹ 100 ਗੱਲਾਂ ਬਾਤਾਂ ਕਰ ਜਾਣੀਆਂ, ਉਦੋਂ ਗੁੱਸਾ ਹੀ ਕਰਕੇ ਬਹਿ ਗਏ ਲੱਗਦਾ। ਹੁਣ ਇਹ 'ਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਵਾ? ਜੇ ਅਸੀਂ ਪੈਸੇ ਚੁੱਕ ਲਈਏ ਵਿਆਜ ਤਾਂ ਅਸੀਂ ਤਾਰਨਾ, ਜਾਂ ਤਾਂ ਫਿਰ ਇਹ ਵੀ ਕਹਿਣ ਵੀ ਇੱਦਾਂ ਅਸੀਂ ਤਾਰ ਦਾਂਗੇ, ਇਹ ਵੀ ਨਹੀਂ ਨਾ ਹੌਂਸਲਾ ਦਿੰਦੇ। ਕੱਲ੍ਹ ਉਹ ਦਾਂਦੇ ਸੀ ਮਾੜਾ ਜਿਹਾ ਵੀ ਇੱਦਾਂ ਅਸੀਂ ਤਾਰ ਦਾਂਗੇ। ਮੈਂ ਤਾਂ ਆਪਣੇ ਮਨ 'ਚ ਸੋਚਿਆ ਵੀਰ ਜੀ, ਜਦੋਂ ਪਈਆਂ ਹੁਣ ਸਿਰ 'ਤੇ ਫਿਰ ਕੌਣ ਤਾਰਦਾ? ਓਏ ਆਹੋ, ਇਹ ਤੇਰੀ ਗੱਲ ਠੀਕ ਵਾ, ਪਰ ਥੱਲੇ ਤਾਂ ਅਸੀਂ ਲੱਗਣਾ ਵਾ ਨਾ। ਚਲੋ ਕੋਈ ਗੱਲ ਨਹੀਂ, ਆਪੇ ਦਿਨ ਮੁੜ ਆਉਂਗੇ। ਆਹੋ ਕੋਈ ਨਾ ਕੋਈ ਢੋਤ ਰੱਬ ਲਾਊਗਾ ਹੀ, ਹੁਣ ਜੇ ਇੰਨੇ ਪੈਸੇ ਚੁੱਕ ਵੀ ਲੈਂਦੇ ਤਾਂ ਕਿੱਦਾਂ ਗੱਲ ਬਣਨੀ? ਚੱਲ ਕੋਈ ਗੱਲ ਨਹੀਂ, ਆਪੇ ਆਉਣ ਡੈ ਪੈਣਗੇ। ਕੋਈ ਗੱਲ ਨਹੀਂ, ਸ਼ਾਮਾਂ ਨੂੰ ਮੈਂ ਆਪ ਹੀ ਹੋ ਕੇ ਆਊਂਗਾ, ਕਿਤੇ ਨਹੀਂ ਕੁਛ ਹੋ ਗਿਆ। ਆਉਣ ਕੇ ਤਾਈ ਜੀ ਤਾਂ ਮੈਂ ਵੀ ਕਹਿ ਦੂੰਗੀ ਵੀ ਤੁਸੀਂ ਗੁੱਸਾ ਨਾ ਕਰੋ, ਸਾਡੇ ਵਿੱਚ 1-2 ਸਾਲ ਨੂੰ ਵੀ ਜੇ ਸਾਡੇ ਕੋਲ ਫਸਲ ਤੋਂ ਵੀ ਚੰਗੇ ਪੈਸੇ ਹੋ ਗਏ ਨਾ, ਫਿਰ ਵੀ ਥੋੜ੍ਹੇ ਬਹੁਤੇ ਚੁੱਕ ਲਾਂਗੇ। ਉਹ ਜਾਂ ਫਿਰ ਥੋੜ੍ਹੇ ਚੁੱਕ ਲਾਂਗੇ, ਹੁਣ ਇੰਨੇ ਚੁੱਕਿਆ ਨਹੀਂ ਨਾ ਸਰਨਾ ਸਾਡਾ। ਨਹੀਂ ਨਹੀਂ ਕੋਈ ਨਹੀਂ, ਉੱਦਾਂ ਜੇ ਤੁਸੀਂ ਜਾਓਗੇ ਨਾ ਫਿਰ ਮੈਨੂੰ ਆ ਕੇ ਦੱਸ ਦਿਓ ਵੀ ਕਿੱਦਾਂ ਦਾ ਆ ਉਹਨਾਂ ਦਾ ਮੂਡ ਵਗੈਰਾ, ਫਿਰ ਮੈਂ ਵੀ ਫੇਰਾ ਮਾਰ ਆਊਂਗੀ, ਇੱਦਾਂ ਨਹੀਂ ਮੇਰਾ ਜੀ ਕਰਨ ਡਿਆ ਜਾਣ ਨੂੰ। ਚਲੋ ਕੋਈ ਗੱਲ ਨਹੀਂ, ਸ਼ਾਮਾਂ ਨੂੰ ਇਕੱਠੇ ਚੱਲ ਜਾਂਗੇ। ਆਹੋ ਇਹ ਵੀ ਤੇ ਨਾਲੇ ਬਹਾਨੇ ਨਾਲ ਤੂੰ ਵੀ ਕਹਿ ਦੇ ਵੀ ਜੇ ਕੋਈ ਕੰਮ ਹੈਗਾ ਤਾਂ ਮੈਂ ਕਰ ਦਿੰਦੀ ਹਾਂ। ਕੋਈ ਨਹੀਂ, ਇੱਦਾਂ ਹੀ ਕਰ, ਨਾਲੇ ਪਤਾ ਲੱਗ ਜੂਗਾ ਵੀ ਕਿਹੜੇ ਮੂੰਹ ਪੁੰਦੇ ਆ। ਹੋਰ ਵੀਰ ਜੀ, ਜਦੋਂ ਮਾਂ ਪਿਓ ਨਾਲ ਨਾ ਸਿਰ 'ਤੇ ਹੋਣ ਕਿੰਨਾ ਕੁਝ ਵੇਖਣਾ ਪੈਂਦਾ ਵਾ, ਸਾਨੂੰ ਇਹਨਾਂ ਗੱਲਾਂ ਦੀ ਫਿਕਰ ਹੀ ਪਰਵਾਹ ਨਹੀਂ ਕਰੀਦੀ, ਜੋ ਕਰਦੇ ਆ ਕਰਦੇ ਰਹਿਣ। ਚਲੋ ਕੋਈ ਗੱਲ ਨਹੀਂ, ਵੇਖ ਲਾ ਤੂੰ ਕੰਮ ਧੰਦਾ ਆਪਣਾ ਜਿਹੜਾ ਵੇਖਣਾ। ਇਹ ਵੀ ਵਿਚਾਰੀ ਨੂੰ ਟੈਨਸ਼ਨ ਜੀ ਪਈ ਰਹਿੰਦੀ, ਇਹਨੂੰ ਹੁਣ ਖਲਾਰਾ ਲੱਭਦਾ ਵਾ, ਜੇ ਹੁਣ ਪੈਸੇ ਚੁੱਕ ਲਈਏ ਤਾਂ ਸਾਡੇ ਕੋਲ ਲੱਥਣੇ ਨਹੀਂ। ਚੱਲ ਇਹ ਵੀ ਦਲਜੀਤ ਨੇ ਸਹੀ ਸਲਾਹ ਦੇ ਦਿੱਤੀ, ਨਹੀਂ ਤਾਂ ਅਸੀਂ ਤਾਂ ਚੁੱਕਣ ਚੱਲ ਚੱਲੇ। ਚੱਲ ਕੋਈ ਗੱਲ, ਆਹ ਵਧੀਆ ਹੋ ਗਿਆ, ਹੁਣ ਆਏ ਡੈਡੀ ਹੁਣ ਕਾਬੂ। ਉੱਦਾਂ ਨਾ ਕਿੱਥੋਂ ਮੰਨਣਾ ਸੀ, ਉੱਦਾਂ ਮੇਰੀ ਗੱਲ ਮੰਨਦੇ ਸੀ ਕਿਤੇ? ਇੰਨਾ ਕੁ ਡਰਾਵਾ ਪਾਇਆ ਨਾ ਅਤੇ ਵਧੀਆ ਹੋ ਗਿਆ ਵਾ। ਕੋਈ ਗੱਲ ਨਹੀਂ, ਗਾਂਹ ਤੋਂ ਮੇਰੀ ਗੱਲ ਨਾ ਮੰਨੀ ਤਾਂ ਇੱਦਾਂ ਹੀ ਕਰਿਆ ਕਰਨਾ। ਚੱਲ ਹੁਣ ਤਿਆਰ ਤਾਂ ਆਈ ਹਾਂ, ਕਰਦਾ ਉਹਨਾਂ ਨੂੰ ਫੋਨ ਮੁੰਡਿਆਂ ਨੂੰ, ਚਲੀ ਜਾਂਦਾ ਹੁਣ ਮੈਂ। ਹੈਲੋ, ਉਹ ਮੈਂ ਕਿਹਾ ਜਾਇਓ ਨਾ, ਆ ਗਿਆ ਮੈਂ ਗੱਡੀ ਲੈ ਕੇ, ਬਸ ਆਉਣ ਲੱਗਾ 5 ਮਿੰਟ ਤੱਕ ਮੈਂ। ਠੀਕ ਹੈ ਠੀਕ। ਡੈਡ ਜੀ ਹੋ ਗਿਆ ਤਿਆਰ, ਦਿਓ ਮੈਨੂੰ ਪੈਸੇ। ਬਹਿ ਜਾ ਮੇਰਾ ਪੁੱਤ, ਪੈਸਿਆਂ ਦੀ ਗੱਲ ਕੋਈ ਨਹੀਂ ਹੈ ਪੁੱਤ, ਤੂੰ ਜਿੰਨੇ ਮੰਗੇਗਾ ਮੈਂ ਉਹਨੇ ਦੇ ਦਿਆ ਕਰਨੇ ਆ। ਹਾਂਜੀ, ਪਰ ਆਪਣੇ ਘਰ ਦੀਆਂ ਗੱਲਾਂ ਨਹੀਂ ਪੁੱਤ ਬਾਹਰ ਕਰੀਦੀਆਂ ਹੁੰਦੀਆਂ, ਤੂੰ ਹੁਣ ਸਿਆਣਾ ਬਣ, ਤੂੰ ਨਿਆਣਾ ਥੋੜ੍ਹਾ ਵਾ ਕੋਈ। ਡੈਡੀ ਮੈਂ ਗੱਲ ਨਹੀਂ ਕਰਨੀ, ਮੰਮੀ ਮੈਨੂੰ ਡਾਂਟਿਆ ਬੜਾ ਅਤੇ ਤੁਸੀਂ ਮੇਰੇ ਕੋਲ ਚਾਬੀ ਖੋਲੀ। ਓਏ ਓਏ ਪੁੱਤ, ਮੈਂ ਗੁੱਸੇ 'ਚ ਸੀ ਤਾਂ ਕਰਕੇ ਤੇਰੇ ਕੋਲ ਚਾਬੀ ਖੋਈ, ਠੀਕ ਆ ਨਾ।
ਅਤੇ ਬਾਕੀ ਕੋਈ ਵੀ ਗੱਲ ਪੁੱਤ ਆਪਣੇ ਘਰ ਦੀ ਨਹੀਂ ਕਰੀਦੀ ਹੁੰਦੀ ਜਾ ਕੇ, ਭਾਵੇਂ ਲਵਲੀ ਤਾਏ ਦਾ ਮੁੰਡਾ ਹੀ ਆ, ਫਿਰ ਵੀ ਉਹ ਸ਼ਰੀਕ ਵਾ। ਉਹ ਚੱਲ ਕੋਈ ਨਹੀਂ, ਅੱਗੇ ਤੋਂ ਨਹੀਂ ਕਰਦਾ ਮੈਂ, ਦੋ ਪੈਸੇ ਮੈਂ ਦੇ ਜਾਵਾਂ। ਚੱਲ ਮੈਂ ਆਉਂਦਾ ਵਾਂ। ਗੱਡੀ ਕੀਤੀ ਸਟਾਰਟ? ਹਾਂਜੀ ਹਾਂਜੀ ਕੀਤੀ। ਮੇਰੀ ਗੱਲ ਸੁਣ ਪੁੱਤ, ਆਪਣੇ ਘਰਾਂ ਦੀਆਂ ਗੱਲਾਂ ਨਹੀਂ ਬਾਹਰ ਕਰੀਦੀਆਂ ਹੁੰਦੀਆਂ, ਨਾਲੇ ਤੈਨੂੰ ਪਤਾ ਤੂੰ ਆਪਣੀ ਮਾਂ ਕੋਲ ਪੈਸੇ ਮੰਗਣਾ ਵਾ, ਉਹ ਕਦੇ 500 ਦੇ ਦਿੰਦੀ, ਕਦੇ 1000 ਦੇ ਦਿੰਦੀ, ਤੂੰ ਮੇਰੇ ਕੋਲ ਮੰਗਿਆ ਕਰ। ਕੋਈ ਗੱਲ ਨਹੀਂ, ਮੈਨੂੰ ਪੈਸੇ ਦੇ ਦਿਆ ਕਰੋ, ਮੈਂ ਕੋਈ ਤੁਹਾਡੇ ਕੰਮ ਕਰਨਾ। ਨਾਲੇ ਵੇ ਪੁੱਤ, ਤੇਰੀ ਜਾਇਦਾਦ ਬਣਾਉਂਦੇ ਹਾਂ, ਤੇਰੇ ਕਰਕੇ ਤਾਂ ਅਸੀਂ ਰਾਤ ਦਿਨ ਭੱਜੇ ਫਿਰਨ ਡੇ ਹਾਂ, ਜੇ ਭਲ ਕੇ ਅਸੀਂ ਲਵਲੀ ਹੁਣਾਂ ਦੀ ਪੈਲੀ ਲਵਾਂਗੇ ਤਾਂ ਉਹ ਤੇਰੇ ਨਾਲ ਚੜ੍ਹਨੀ ਆ। ਇਹ ਤਾਂ ਗੱਲ ਹੈਗੀ ਆ, ਬਸ ਮੈਨੂੰ ਨਾ ਗੁੱਸੇ ਨਾ ਹੋਇਆ ਕਰੋ, ਉਹ ਮੈਨੂੰ ਚੰਗਾ ਨਹੀਂ ਲੱਗਦਾ। ਉਹ ਕਿਸੇ ਵੇਲੇ ਪੁੱਤ ਗੁੱਸੇ 'ਚ ਆ ਹੀ ਜਾਂਦਾ ਬੰਦਾ, ਇਹ ਕਿਹੜੀ ਗੱਲ ਵਾ, ਇੰਨਾ ਥੋੜ੍ਹਾ ਗੁੱਸਾ ਕਰੀਦਾ ਹੁੰਦਾ ਵਾ ਜਿੰਨਾ ਤੂੰ ਕੀਤਾ ਇਹ। ਕੋਈ ਗੱਲ ਨਹੀਂ, ਪੈਲੀ ਦੀ ਕਿੱਡੀ ਕੀ ਗੱਲ ਵਾ, ਆਪਾਂ ਖੋਹ ਲੈਣੀ ਉਹਨਾਂ ਕੋਲ। ਬਸ ਹਾ ਦਿਮਾਗ ਪੁੱਤ ਲਾਉਣਾ ਵਾ ਵੀ ਇਹਨਾਂ ਕੋਲ ਆਹ ਚੀਜ਼ਾਂ ਲੈਣੀਆਂ ਵਾ, ਅਸੀਂ ਦੋ ਤਾਂ ਜਾਣੇ ਹਾਂ, ਗੱਲਾਂ 'ਚ ਭਰਮਾ ਲਾਂਗੇ ਉਹਨਾਂ ਨੂੰ। ਹੁਣ ਉਹਨੂੰ ਇਹ ਗੱਲ ਕਹੀ ਵੀ ਅੱਗੇ ਯਾਰ ਉਹ ਤਾਂ ਨਾ ਗਲਤੀ ਨਾਲ ਮੇਰੇ ਕੋਲ ਨਿਕਲ ਗਿਆ ਮੂੰਹ 'ਚੋਂ ਵੀ ਵਿਆਜ ਇੰਨਾ ਵਾ ਫਲਾਂ ਢੀਂਗਾ, ਅਤੇ ਜੇ ਤੁਸੀਂ ਲਵਲੀ ਪੈਸੇ ਲਓਗੇ ਅਤੇ ਘਰ ਬਣਾਓਗੇ ਤਾਂ ਭਲਕੇ ਤੁਸੀਂ ਜੋਤ ਦਾ ਵਿਆਹ ਨਹੀਂ ਕਰਨਾ। ਆਹ ਘਰ ਫਿਰ ਹੀ ਬਣਨਾ, ਪੈਸੇ ਆਉਣਗੇ ਤਾਂ। ਇਹ ਗੱਲ ਕਹੀ ਲਵਲੀ, ਜੇ ਘਰ ਬਣਿਆ ਹੋਊਗਾ ਤਾਂ ਤਾਂ ਹੀ ਭੈਣ ਦਾ ਰਿਸ਼ਤਾ ਕਿਤੇ ਹੋਊਗਾ, ਨਹੀਂ ਤਾਂ ਲੋਕ ਘਰ ਵੇਖ ਕੇ ਵਾਪਸ ਮੁੜ ਜਾਂਦੇ ਆ। ਇਹ ਤਾਂ ਗੱਲ ਹੈਗੀ ਹੈ, ਠੀਕ ਆ ਕਿ ਨਹੀਂ? ਹਾਂਜੀ, ਅਤੇ ਕਹਿ ਦੂੰਗਾ ਕੋਈ ਗੱਲ ਨਹੀਂ। ਹਾਂ, ਅਤੇ ਨਾਲੇ ਤੂੰ ਇਹ ਗੱਲ ਕਹੀ, ਮੈਨੂੰ ਭੁੱਲ ਗਿਆ ਸੀ ਚੇਤਾ, ਵਿਆਹ ਤਾਂ ਡੈਡੀ ਕਹਿੰਦੇ ਸੀ ਇੰਨਾ ਵਾ, ਅਤੇ ਸਾਰੇ ਇੰਨੇ ਸਾਲ ਦੇ ਪੈਸੇ ਬਣਦੇ ਆ, ਲੈਣਾ ਅਸੀਂ 5% ਦੇ ਹਿਸਾਬ ਨਾਲ ਹੀ ਆ, ਠੀਕ ਆ ਨਾ? ਹਾਂਜੀ, ਉਹਦੇ ਦਿਮਾਗ 'ਚ ਤਾਂ ਘੋਲ ਕੇ ਪਾ ਦੀ ਕਿ ਮੈਂ ਉਹਨੂੰ ਕਹਿ ਦੂੰਗਾ ਕੋਈ ਗੱਲ ਨਹੀਂ, ਫਸਲ ਤੋਂ ਲਾਹ ਜਾਣਾ ਕਰਨਾ ਵਾ ਬਸ, ਹੈ ਨਾ, ਇੰਨੀ ਗੱਲ ਕਹਿ ਦੂੰਗਾ ਮੈਂ ਕੋਈ। ਹਾਂ, ਅਤੇ ਉਹਨੇ ਮੰਨ ਜਾਣਾ ਵਾ। ਹਾਂਜੀ, ਅਤੇ ਫਿਰ ਜੇ ਮੰਨ ਜੂਗਾ ਤਾਂ ਫਿਰ ਮੈਨੂੰ ਆਣ ਕੇ ਦੱਸੀ ਵੀ ਡੈਡੀ ਮੈਂ ਚਾੜ੍ਹਦੀ ਗੱਡੀ ਲਈ ਤੇ। ਕੋਈ ਗੱਲ ਨਹੀਂ, ਮੈਨੂੰ ਹੋਣ ਦਿਓ ਉੱਥੋਂ, ਮੈਂ ਉਹਨੂੰ ਆ ਕੇ ਮਿਲਦਾ ਲਵਲੀ ਨੂੰ। ਹਾਂ ਠੀਕ ਹੈ, ਪੁੱਤ ਆਪਣੇ ਘਰਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਬਾਹਰ, ਸਭ ਕੁਝ ਆਪਣੇ ਘਰ ਨੂੰ ਖਿੱਚੀ ਦਿੰਦਾ ਵਾ। ਕੋਈ ਗੱਲ ਨਹੀਂ, ਅੱਗੇ ਤੋਂ ਨਹੀਂ ਮੈਂ ਕਰਦਾ, ਬਸ ਮੈਨੂੰ ਗੁੱਸੇ ਨਾ ਹੋਇਆ ਕਰੋ ਤੁਸੀਂ। ਚੱਲ ਮੈਂ ਨਹੀਂ ਗੁੱਸੇ ਨਹੀਂ ਹੁੰਦੇ ਤੈਨੂੰ ਅਸੀਂ, ਠੀਕ ਹੈ? ਹਾਂ, ਮੈਂ ਹੋ ਕੇ ਆ ਗਿਆ। ਠੀਕ ਹੈ, ਚੱਲ ਠੀਕ ਆ। ਨਹੀਂ ਉਹ ਤਾਂ ਹੈ ਤਾਂ ਸਿਆਣਾ ਵਾ, ਕੋਈ ਉਹਦੀ ਮਾਂ ਨੇ ਪੈਸੇ ਤਾਂ ਲਾ ਨਹੀਂ ਦਿੱਤਾ ਤਾਂ ਕਰਕੇ ਗੁੱਸਾ ਕਰ ਗਿਆ ਵਾ। ਚੱਲ ਹੁਣ ਇਹਨੂੰ ਮੰਗਿਆ ਕਰਨਾ ਵੀ ਮੇਰੇ ਕੋਲ ਪੈਸੇ ਲੈ ਜਾ ਕਰ ਅਤੇ ਆਪਣੀ ਮਾਂ ਕੋਲ ਨਾ ਮੰਗਿਆ ਕਰ, ਵੇਖਲਾ ਮੰਨ ਗਿਆ ਨਾ? ਕੋਈ ਨਹੀਂ ਡੈਡੀ, ਉਹਨੂੰ ਮੈਂ ਕਹਿ ਦਿੰਦਾ ਵੀ ਵਿਆਜ ਘੱਟ ਤੇ ਚੁਕਾ ਦਿੰਦੇ ਤੈਨੂੰ ਪੈਸੇ। ਮੰਮੀ ਕੀ ਕਰਨ ਡੇ ਜੇ? ਪੁੱਤ ਕਰਨਾ ਕੀ ਆ, ਚੌਲ ਬਣਾਏ ਸੀ ਨਮਕੀਨ ਵਾਲੇ ਅਤੇ ਪਾ ਦਾ ਖਾ ਲਾ ਤੂੰ ਵੀ। ਨਹੀਂ ਖਾਣੇ ਨਹੀਂ, ਹੁਣ ਮੈਂ ਚੱਲਿਆ ਸੀ, ਮੈਂ ਡੈਡੀ ਵੱਲੋਂ ਆਇਆ ਸੀ ਮੈਂ। ਅੱਛਾ, ਮੈਂ ਪੈਸੇ ਦੇ ਦਿਓ ਮੈਨੂੰ। ਚੱਲ ਠੀਕ ਆ, ਟਾਈਮ ਨਾ ਆ ਜੀ। ਅਤੇ ਮੇਰੀ ਗੱਲ ਦਾ ਨਾ ਗੁੱਸਾ ਨਾ ਕਰਿਓ। ਚੱਲ ਪੁੱਤ, ਗੁੱਸਾ ਮੈਂ ਕੀ ਕਰਨਾ ਵਾ, ਹੁਣ ਤੀਆਂ ਪੁੱਤਾਂ ਨੂੰ ਕਹਿਣਾ ਤਾਂ ਪੈਂਦਾ ਹੀ ਆ, ਅਤੇ ਤੂੰ ਸਾਰੀ ਗੱਲ ਨਾ ਘਰ ਦੀ ਬਾਹਰ ਨਾ ਦੱਸਿਆ ਕਰ। ਉਹ ਤੁਸੀਂ ਨਾ ਗੁੱਸਾ ਬੜਾ ਕੀਤਾ ਮੈਨੂੰ, ਮੈਂ ਤਾਂ ਜਾ ਕੇ ਦੱਸਿਆ ਸੀ। ਇੱਦਾਂ ਗੱਲਾਂ ਨਹੀਂ ਦੱਸੀਦੀਆਂ ਹੁੰਦੀਆਂ, ਹੁਣ ਜਿਹੜਾ ਵੀ ਅਸੀਂ ਕੰਮ ਕਰਨ ਡੇ ਤੇਰੇ ਭਲੇ ਵਾਸਤੇ ਹੀ ਕਰਨ ਡੇ ਹਾਂ ਨਾ, ਹੁਣ ਤੂੰ ਉਹਨਾਂ ਨੂੰ ਮਨਾ ਕਰਤਾ ਪੈਸਿਆਂ ਤੋਂ, ਉਹਨਾਂ ਹੁਣ ਤੇਰੇ ਡੈਡੀ ਨੂੰ ਜਵਾਬ ਦੇ ਦਿੱਤਾ ਵਾ, ਹੁਣ ਉਹਨਾਂ ਮੰਨਣਾ ਹੀ ਨਹੀਂਗਾ ਪੈਸੇ ਲੈਣ ਨੂੰ। ਕੋਈ ਗੱਲ ਨਹੀਂ, ਅੱਗੇ ਤੋਂ ਨਹੀਂ ਦੱਸਦਾ ਮੈਂ, ਕੋਈ ਗੱਲ ਨਹੀਂ, ਲਵਲੀ ਨੂੰ ਮੈਂ ਭਰਮਾ ਲੈਣਾ ਆਪਣੀਆਂ ਗੱਲਾਂ 'ਚ। ਵੇਖ ਮੇਰਾ ਪੁੱਤ ਨਾ ਸਿਆਣਾ ਬਣ, ਇੱਦਾਂ ਨਹੀਂ ਕਰੀਦਾ ਵੀ ਜਿਹੜੀ ਘਰ ਗੱਲ ਕੀਤੀ ਜਾ ਕੇ ਉਹਨਾਂ ਨੂੰ ਦੱਸਤੀ। ਜੇ ਹੁਣ ਇਹ ਗੱਲ ਤੂੰ ਦੱਸ ਦਿੰਦਾ ਵੀ ਪੈਸੇ ਅਸੀਂ ਦੇਣੇ ਆ ਤਾਂ ਪੁੱਤ ਸਾਡੀ ਤਾਂ ਬੇਇੱਜ਼ਤੀ ਹੋਈ ਸੀ ਕਿ ਨਹੀਂ, ਨਾ ਤਾਂ ਅਸੀਂ ਰਿਸ਼ਤੇਦਾਰਾਂ 'ਚ ਮੂੰਹ ਖਾਲਣ ਜੋਗੇ ਹਾਂ ਅਤੇ ਨਾ ਸ਼ਰੀਕੇ ਵਿੱਚ, ਉਹਨਾਂ ਥਾਂ ਥਾਂ ਦੱਸਣਾ ਵੀ ਤਾਇਆ ਤਾਈ ਆਹ ਕੰਮ ਕਰਨ ਡੇ ਸਾਡੇ ਨਾਲ। ਨਾ ਨਾ, ਇਹ ਗੱਲ ਕਿਉਂ ਦੱਸਣੀ ਮੈਂ? ਕੋਈ ਗੱਲ ਨਹੀਂ, ਲਵਲੀ ਦੀ ਗੱਲ ਛੱਡੋ ਤੁਸੀਂ, ਲਵਲੀ ਨੂੰ ਮੈਂ ਭਰਮਾ ਲੂੰਗਾ ਆਪਣੀਆਂ ਗੱਲਾਂ 'ਚ। ਚੱਲ ਹੁਣ ਲਿਆ ਜਿੱਦਾਂ ਮਰਜ਼ੀ ਉਹਨੂੰ ਗੱਲਾਂ ਦੇ ਵਿੱਚ, ਤਾਂ ਟਾਈਮ ਨਾ ਆ ਜੀ, ਹਨੇਰਾ ਨਾ ਕਰਕੇ ਆਵੀ, ਸਮਾਂ ਨਹੀਂ ਉਹ ਚੰਗਾ। ਠੀਕ, ਕੋਈ ਗੱਲ ਨਾਲ ਕੌਣ ਚੱਲਿਆ ਵਾ ਤੇਰੇ? ਉਹ ਮੁੰਡੇ ਆ ਨਾਲ ਪਿੰਡੋਂ ਹੀ ਆ। ਚੱਲ ਠੀਕ ਆ, ਤਾਂ ਗੱਡੀ ਹੌਲੀ ਹੌਲੀ ਚਲਾਵੀ। ਠੀਕ ਹੈ ਠੀਕ, ਟਰੱਕਾਂ ਵਾਲੇ ਵੇਂਦੇ ਨਹੀਂ ਉਹ, ਡੈਡੀ ਆਉਣਗੇ ਪੈਸੇ ਲੈ ਕੇ, ਚੱਲਿਆ ਫਿਰ ਮੈਂ ਲੈ ਕੇ। ਚੱਲ ਠੀਕ ਆ, ਖਰਚਾ ਪੁੱਤ ਹਿਸਾਬ ਨਾਲ ਕਰੀਦਾ ਹੁੰਦਾ ਵਾ। ਠੀਕ ਹੈ, ਤੈਨੂੰ ਵੀ ਪਤਾ ਵੀ ਘਰ ਦੇ ਕਿੰਨੇ ਖਰਚੇ ਆ। ਕੋਈ ਗੱਲ ਨਹੀਂ, ਕੋਈ ਗੱਲ, ਚੱਲ ਜਾ ਫਿਰ, ਹੋ ਆ। ਠੀਕ ਹੈ, ਗੁੱਸਾ ਨਾ ਕਰੋ, ਠੀਕ ਹੈ? ਨਹੀਂ ਨਹੀਂ, ਮੈਂ ਗੁੱਸਾ ਕਾਹਦਾ ਕਰਨਾ ਵਾ, ਕੋਈ ਗੱਲ ਨਹੀਂ। ਠੀਕ ਹੈ।
ਮੈਨੂੰ ਲੱਗਦਾ ਵਾ ਇਹਨਾਂ ਨੇ ਉਹਨੂੰ ਗੱਲਾਂ 'ਚ ਲੈਂਦਾ ਵਾ। ਚੱਲ ਕੋਈ ਨਹੀਂ, ਕਿੰਨਾ ਕੁ ਚਿਰ ਪੈਸੇ ਦੇਣੇ ਆ, ਆਹ ਇੱਕ ਵਾਰ ਲਵਲੀ ਹੁਣੀ ਸਾਡੇ ਕੋਲ ਪੈਸੇ ਲੈ ਲੈਂਦੇ ਆ ਨਾ, ਫਿਰ ਇਹਦਾ ਖਰਚਾ ਪਾਣੀ ਘੱਟ ਕਰ ਦਾਂਗੇ, ਉਹਨਾਂ ਚਿਰ ਇਹਨੂੰ ਦੇਈ ਜਾਂਦੇ ਹਾਂ, ਨਹੀਂ ਤਾਂ ਇਹ ਨਾ ਹੋਵੇ ਫਿਰ ਜਾ ਕੇ ਸਾਰੀ ਗੱਲ ਦੱਸਦੇ। ਦਲਜੀਤ ਹੋ ਗਿਆ ਤਿਆਰ? ਹਾਂਜੀ ਹਾਂਜੀ। ਆ ਲੈ ਮੇਰਾ ਪੁੱਤ ਪੈਸੇ, ਆ ਲੈ 5000 ਰੁਪਏ ਜੀ, ਹੋਰ ਚਾਹੀਦੇ ਆ? ਨਹੀਂ ਨਹੀਂ ਬਹੁਤ। ਅਤੇ ਮੇਰਾ ਪੁੱਤ ਨਾ ਟਾਈਮ ਨਾਲ ਜਾਈ ਅਤੇ ਟਾਈਮ ਨਾਲ ਘਰ ਆਈ ਵਾਪਸ। ਕੋਈ ਗੱਲ ਨਹੀਂ, ਫਿਰ ਮਾਦਰੀ ਨਾ ਫਿਕਰ ਬੜਾ ਕਰਦੀ ਹੈ। ਕੋਈ ਗੱਲ ਨਹੀਂ, ਆਏ ਨਾ ਟਾਈਮ, ਜਨਮ ਦੇਣੀ ਹੈ ਬਸ, ਮਨਾ ਕੇ ਆਏ ਨਾ। ਆਹੋ ਅਤੇ ਛੇਤੀ ਆ ਜੀ ਮੇਰਾ ਪੁੱਤ। ਕੋਈ ਗੱਲ ਨਹੀਂ, ਠੀਕ। ਅੱਜ ਕੱਲ੍ਹ ਨਿਆਣੇ ਵਰਜਾਉਣੇ ਬੜੇ ਔਖੇ ਆ। ਅਸੀਂ ਹੀ ਹੁੰਦੇ ਸੀ ਜੇ ਅਸੀਂ ਲੜ ਪਏ ਤਾਂ ਮਾਂ ਪਿਓ ਨੇ ਮਗਰ ਹੀ ਨਹੀਂ ਜਾਣਾ ਵੀ ਤੁਸੀਂ ਹੈਗੇ ਜੇ ਹੈ ਨਹੀਂ ਜੇ। ਕੀ ਗੱਲਾਂ ਕਰੀ ਜਾਣ ਡੇ ਜੇ, ਚੱਲ ਗਿਆ ਤੁਹਾਡਾ ਲਾਡਲਾ? ਚੱਲ ਗਿਆ। ਅੱਛਾ, ਮੈਂ ਸੋਚਣ ਡਿਆ ਵਾਂ, ਮੈਂ ਅੱਜ ਕੱਲ੍ਹ ਨਿਆਣੇ ਵਰਜਾਉਣੇ ਕਿਹੜੇ ਸੌਖੇ ਆ। ਬੜੇ ਔਖੇ ਆ, ਸਮਾਂ ਇੱਦਾਂ ਦਾ। ਸਾਡੇ ਵਾਰੀ ਵੇਖ ਲਓ, ਜੇ ਕਿਤੇ ਇੱਕ ਗੱਲ ਵੀ ਮੂੰਹ 'ਚੋਂ ਨਿਕਲ ਜਾਣੀ ਨਾ, ਮਾਂ ਪਿਓ ਨੇ ਜਾਨ ਕੱਢ ਲੈਣੀ ਵੀ ਆਹ ਗੱਲ ਕੀਤੀ ਕਿੱਦਾਂ ਵਾ। ਹੁਣ ਨਿਆਣੇ ਗੱਲਾਂ ਵੀ ਕਰ ਲੈਂਦੇ ਆ, ਮਾਂ ਪਿਓ ਨੂੰ ਫਿਰ ਤਰਲੇ ਲੈਣੇ ਪੈਂਦੇ ਆ ਵੀ ਇੱਦਾਂ ਨਾ ਕਰੋ। ਚੱਲ ਰਮਨ, ਮੈਨੂੰ ਇਹ ਆ ਜੇ ਆਹ 5-5 ਕਰਕੇ 50,000 ਰੁਪਇਆ ਖਾਜੂ, ਲੱਖ ਖਾਜੂ, ਕਿੰਨੇ ਕੁ ਖਾਜੂਗਾ? ਅਤੇ ਪੈਲੀ ਤਾਂ ਆਪਣੇ ਹੱਥ ਲੱਗ ਜੂਗੀ। ਪੈਲੀ ਤਾਂ ਹੱਥ ਲੱਗ ਜੂਗੀ, ਪਰ ਇਹਦੀਆਂ ਆਦਤਾਂ ਨਾ ਵਿਗੜਦੀਆਂ ਜਾਣ। ਹੁਣ 5000 ਲੈ ਕੇ ਗਿਆ ਵਾ, ਬਾਹਰ ਮੁੰਡਿਆਂ ਨਾਲ ਗਿਆ, ਕੀਤਾ ਕਿਹੜੇ ਕੰਮ ਕਰਦਾ ਫਿਰਦਾ ਵਾ ਇਹ। ਉਹ ਤੂੰ ਹੌਸਲਾ ਕਰ, ਮੈਂ ਹੁਣ ਉਹਨੂੰ ਕਿਹਾ, ਮੈਂ ਕਿਹਾ ਵੀ ਛੇਤੀ ਜਾਈ, ਮੁੜ ਕੇ ਮਾਂ ਤੇਰੀ ਫਿਕਰ ਕਰਦੀ ਹੈ ਅਤੇ ਟਾਈਮ ਲਾ ਜਾਈ ਵਾਪਸ। ਆਇਆ ਸੀ ਮੇਰੇ ਵੱਲ ਵੀ ਰਸੋਈ ਵਿੱਚ, ਮੰਮੀ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਓ, ਤੁਸੀਂ ਮੈਨੂੰ ਝਿੜਕਾਂ ਮਾਰੀਆਂ ਅਤੇ ਤਾਂ ਕਰਕੇ ਮੈਂ ਇੱਦਾਂ ਕੀਤਾ। ਤਾਂ ਮੈਂ ਕਿਹਾ ਪੁੱਤ, ਮਾਂ ਪਿਓ ਤਾਂ ਝਿੜਕਦੇ ਹੁੰਦੇ ਆ, ਬੱਚਿਆਂ ਨੂੰ ਕਹਿਣਾ ਪੈਂਦਾ ਵਾ। ਇਹਦਾ ਮਤਲਬ ਇਹ ਥੋੜ੍ਹਾ ਵੀ ਨਿੱਕੀ ਨਿੱਕੀ ਗੱਲ ਬਾਹਰ ਜਾ ਕੇ ਦੱਸੇਗਾ। ਜੇ ਹੁਣ ਆਉਂਦਾ ਨਾ ਤਾਂ ਮੈਂ ਪੁੱਛਣਾ ਵਾ, ਪੁੱਤ ਪੈਸਾ ਕੋਈ ਬਚਿਆ ਵਾ, ਭਲਾ ਕੀ ਕਰਦਾ? ਚੱਲ ਪੁੱਛ ਲਿਓ, ਬਚਾ ਕੇ ਕਿੱਥੋਂ ਆਉਣਾ, ਮੁੰਡਿਆਂ ਦੇ ਨਾਲ ਗਿਆ ਵਾ, ਵਨ ਸੋਨਾ ਉੱਥੇ ਖਾਣਾ ਵਾ, ਕੋਈ ਨਾ ਕੋਈ ਦੱਸੂਗਾ ਜੀ। ਚੱਲ ਮੈਨੂੰ ਇਹ ਆ ਵੀ ਹੁਣ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਿਆਓ ਕਿਸ ਤਰੀਕੇ ਦੇ ਨਾਲ। ਨਹੀਂ ਉਹਨੂੰ ਮੈਂ ਸਮਝਾਇਆ ਵਾ, ਆ ਫੁੱਫੜ ਤੇ ਅੱਗੇ ਚੁੱਕਣਾ ਦੇ ਗਿਆ ਸੀ, ਰਹਿੰਦੀ ਖੁੰਦੀ ਕਸਰ ਇਹ ਕੱਢ ਆਇਆ ਵਾ। ਹੁਣ ਇਹਦਾ ਬੇੜਾ ਬਹਿ ਗਿਆ ਨਾ, ਉਦਣ ਦੱਸ ਆਇਆ ਵੀ ਤੁਸੀਂ ਵਿਆਜ ਦੇ ਨਾਲ ਉਹ ਪੈਸੇ ਨਾ ਦੱਸਦਾ ਤੇ ਆਪਣੇ ਤੋਂ ਕੰਮ ਹੋ ਜਾਣਾ ਸੀ। ਤੇ ਵਿਆਜ ਤੋਂ ਬਿਨਾਂ ਚੱਲਣਾ ਵੀ ਕੰਮ ਕਿੱਦਾਂ ਵਾ, ਇੰਨੀ ਰਕਮ ਉਦਾਂ ਕੌਣ ਦਿੰਦਾ ਵਾ? ਅੱਜ ਕੱਲ੍ਹ ਤੇ ਆਪਣੇ ਘਰਾਂ ਦੇ ਝੱਟ ਮਹਾਂ ਲੰਘਣ ਡਿਆ ਤੇ ਦੂਜੇ ਦਾ ਕੌਣ ਵੇਖੇ? ਬਾਕੀ ਰਮਨ, ਭਲ ਕੇ ਕੁੜੀ ਜਵਾਨ ਹੋਈ ਆ ਤੇ ਜਿੱਥੇ ਮੰਗਣੀ ਵਿਆਹਣੀ ਆ ਉਹਦਾ ਘਰ ਬਾਹਰ ਨਹੀਂ ਵੇਖਣਾ। ਇਹ ਨਹੀਂ ਨਾ ਗੱਲ ਆਉਂਦੇ, ਤੁਹਾਨੂੰ ਮੈਂ ਦੱਸਿਆ ਤਾਂ ਹੈਗਾ, ਕੁੜੀ ਵੀ ਆਉਂਦੀ ਹੈ, ਕਈ ਇੱਦਾਂ ਦੇ ਲੋਕ ਵਾ ਉਹ ਘਰ ਬਾਹਰ ਨਹੀਂ ਵੇਂਦੇ, ਧੀ ਪੋਤੀ ਵੇਂਦੇ ਆ। ਮੈਂ ਫਿਰ ਇਹ ਤੇਰੇ ਮਨ ਵਿੱਚ ਭੁਲੇਖਾ ਵਾ, ਜਿਹੜੇ ਆਪਣੇ ਘਰੋਂ ਚੰਗੇ ਭਲੇ ਆ ਨਾ ਉਹ ਘਰ ਬਾਹਰ ਵੇਂਦੇ ਆ, ਵੀ ਸਾਡੇ ਧੀ ਪੁੱਤ ਨੇ ਭਲ ਕੇ ਕਿੱਥੇ ਜਾ ਕੇ ਬਹਿਣਾ ਵਾ, ਜੇ ਉਹਦੇ ਨਾਲ 4 ਜਣੇ ਚਲ ਗਏ ਤਾਂ ਕਿੱਥੇ ਬਹੂਗਾ, ਲੋਕ ਗੱਲਾਂ ਨਾ ਕਰਨਗੇ। ਰਮਨ, ਇਹਨਾਂ ਨੂੰ ਤਾਂ ਐਵੇਂ ਜਿੱਦਾਂ ਕਿਸੇ ਨੇ ਪੱਟੀ ਪੜਾਈ ਹੁੰਦੀ ਆ। ਇਹਦੀ ਪੱਟੀ ਤੁਹਾਡੇ ਮੁੰਡੇ ਨੇ ਪੜਾਈ ਆ ਕਿ ਉਦਾਂ ਹੀ ਉਹ ਸਮਝ ਗਏ ਆ? ਹੁਣ ਰਮਨ, ਇਹਨੇ ਤਾਂ ਗੱਲ ਕੀਤੀ ਹੋਊ ਵੀ ਵਿਆਜ ਨਾ ਦਿਓ ਤੁਸੀਂ ਆਹ ਕੰਮ ਨਾ। ਉਹਨਾਂ ਦੀ ਫਿਰ ਸਮਝ 'ਚ ਆ ਗਈ ਨਾ ਵੀ ਦਲਜੀਤ ਨੇ ਇਹ ਗੱਲ ਕਹੀ ਆ। ਜਿਹੜੀਆਂ ਤੂੰ ਗੱਲਾਂ ਦੱਸਣ ਡਈ ਆ, ਇਹ ਤਾਂ ਕੋਈ ਚੰਗਾ ਸੈਣਾ ਬੰਦਾ ਉਹਨਾਂ ਨੂੰ ਗੱਲਾਂ ਦੱਸ ਕੇ ਗਿਆ ਵਾ? ਨਾ, ਕੁੜੀ ਨੇ ਕੱਲ੍ਹ ਮੈਨੂੰ ਇੱਦਾਂ ਕਿਹਾ, ਮੈਂ ਸਗੋਂ ਗਾੜੀ ਚੁੱਪ ਜੇ ਕਰ ਗਈ ਵੀ ਹੁਣ ਇਹਨੂੰ ਜਵਾਬ ਦੇਵਾਂ ਤਾਂ ਕੀ ਦੇਵਾਂ। ਚੱਲ ਕੋਈ ਗੱਲ ਨਹੀਂ, ਮੈਨੂੰ ਉਹਨਾਂ 2 ਦਿਨ ਦਾ ਟਾਈਮ ਦੇ। ਮੈਂ ਵੀ 2 ਦਿਨ ਇਹਨਾਂ ਦੇ ਘਰ ਨਹੀਂ ਗਾ ਜਾਣਾ। ਚੱਲ ਮੈਂ ਵੀ ਰੋਟੀ ਪਾਣੀ ਬਣਾਵਾਂ, ਪਤਾ ਨਹੀਂ ਵੀ ਇਹਨੇ ਬਾਹਰੋਂ ਖਾ ਕੇ ਆਉਣਾ ਕਿ ਘਰ ਆਣ ਕੇ ਰੋਟੀ ਖਾਣੀ, ਫਿਰ ਮੈਂ ਫੁਲਕੇ ਉਨੇ ਕੁ ਲਾਉਂਦੀ, ਮੁੜ ਕੇ ਸੁੱਟਣੇ ਪੈਂਦੇ ਕਿੰਨੇ ਕਿੰਨੇ। ਉਹ ਚੱਲ ਜੇ ਆਉਂਦਾ ਨਾ ਤਾਂ ਪੁੱਛ ਲਈ ਵੀ ਰੋਟੀ ਖਾਣੀ ਆ, ਜੇ ਨਹੀਂ ਤਾਂ ਫਿਰ ਆਪਣੇ ਦੋਵਾਂ ਜੀਆਂ ਜੋਗੀ ਲਾ ਲਈ। ਚੱਲ ਮੈਂ ਆਪਣੇ ਜੋਗੀ ਤਾਂ ਲਾਵਾਂ। ਹਾਂ ਚੱਲ ਠੀਕ ਆ।